ਵਿਅੰਦੇ ਨਾਲ ਸੰਬੰਧਿਤ ਇਸ ਵੀਡੀਓ ਸੀਰੀਜ਼ ਦੇ ਵਿੱਚ ਮੈਂ ਮਿੱਤੇ ਜਿੰਦਲ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਸਵੰਤ ਸਿੰਘ ਨੇਕੀ ਜੀ ਦੇ ਬਾਰੇ ਜਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੇ ਬਾਰੇ ਉਹਨਾਂ ਦੇ ਕਿਹੜੀਆਂ ਪ੍ਰਸਿੱਧ ਰਚਨਾਵਾਂ ਨੇ ਕਿਹੜੇ ਪ੍ਰਸਿੱਧ ਕੰਮ ਨੇ ਜੋ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਕੀਤੇ ਨੇ ਤਾਂ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਜ਼ਰੂਰ ਵਧੀਆ ਲੱਗੇਗੀ ਤਾਂ ਪਿਆਰੇ ਵਿਦਿਆਰਥੀਓ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਪਹਿਲਾ ਪ੍ਰਸ਼ਨ ਜਸਵੰਤ ਸਿੰਘ ਨੇਕੀ ਦੇ ਨਾਲ ਸੰਬੰਧਿਤ ਡਾਕਟਰ ਜਸਵੰਤ ਸਿੰਘ ਨੇਕੀ ਦਾ ਜੀਵਨ ਕਾਲ ਸੀ ਤਿੰਨ ਦਾ ਜੀਵਨ ਕਾਲ ਸੀ ਜੀ 1925 ਤੋਂ ਲੈ ਕੇ 2015 ਈਸਵੀ ਦੇ ਤੱਕ ਈਸਵੀ ਤੱਕ ਤੇ 27 ਅਗਸਤ 1925 ਵੀ ਨੂੰ ਇਹਨਾਂ ਦਾ ਜਨਮ ਹੋਇਆ ਸੀ ਤਾਂ ਜਸਵੰਤ ਸਿੰਘ ਨੇਕੀ ਜੀ ਦਾ ਜਿਹੜੀਆਂ ਜਿਹੜੀਆਂ ਰਚਨਾਵਾਂ ਨੇ ਜਿਹੜੀਆਂ ਨੇ ਕਵਤਾਵਾਂ ਨੇ ਉਹਨਾਂ ਦੇ ਨਾਲ ਸੰਬੰਧਿਤ ਵੀਡੀਓਜ਼ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਹਾਂ ਤੁਸੀਂ ਉਹਨਾਂ ਨੂੰ ਜ਼ਰੂਰ ਦੇਖ ਲਿਓ ਦੂਜਾ ਪ੍ਰਸ਼ਨ ਹੈ ਜਸਵੰਤ ਸਿੰਘ ਨੇਕੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਸੀਤਬੰਤੀ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਹਰੀ ਗੁਲਾਬ ਸਿੰਘ ਤੀਜਾ ਪ੍ਰਸ਼ਨ ਹੈ ਜੀ ਪਰਖ ਕਵਤਾ ਕਿਸ ਦੀ ਰਚਨਾ ਹੈ ਇਹ ਪਰਖ ਕਵਤਾ ਜੋ ਜਸਵੰਤ ਸਿੰਘ ਨੇਕੀ ਦੀ ਰਚਨਾ ਹੈ ਚੌਥਾ ਪ੍ਰਸ਼ਨ ਹੈ ਜੀ ਅਸਲੇ ਤੇ ਓਲੇ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਇਹ ਜਸਵੰਤ ਸਿੰਘ ਨੇਕੀ ਦਾ ਕਾਵ ਸੰਗ੍ਰਹਿ ਹੈ ਅਸਲੇ ਤੇ ਓਲੇ ਜੋ ਕਿ 1955 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਅੱਗੇ ਆ ਜੀ ਪੰਜਵਾਂ ਪ੍ਰਸ਼ਨ ਡਾਕਟਰ ਜਸਵੰਤ ਸਿੰਘ ਦੀ ਕਿਸ ਰਚਨਾ ਨੂੰ ਤੇ ਕਦੋਂ ਭਾਰਤੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਹੋਇਆ ਤਿੰਨਾਂ ਦੀ ਰਚਨਾ ਸੀ ਜੀ ਕਰੂਨਾ ਦੀ ਛੋਹ ਤੋਂ ਮੰਗਰੋ ਜਿਸ ਨੂੰ 1979 ਈਸਵੀ ਦੇ ਵਿੱਚ 1979 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਆ ਜੋ ਪ੍ਰਾਪਤ ਹੋਇਆ ਸੀ ਛੇਵਾਂ ਪ੍ਰਸ਼ਨ ਜਸਵੰਤ ਸਿੰਘ ਨੇ ਕੀ ਕਿਸ ਦੌਰ ਦਾ ਕਵੀ ਹੈ ਤਾਂ ਡਾਕਟਰ ਜਸਵੰਤ ਸਿੰਘ ਨੇ ਕੀ ਤੀਜੇ ਦੌਰ ਦੇ ਕਵੀ ਮੰਨੇ ਜਾਂਦੇ ਨੇ ਸਤਵਾਂ ਪ੍ਰਸ਼ਨ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕਾਵ ਸੰਗ੍ਰਹਿ ਕਿਸ ਦਾ ਹੈ ਇਹ ਕਾਵ ਸੰਗ੍ਰਹਿ ਹੈ ਜੀ ਡਾਕਟਰ ਜਸਵੰਤ ਸਿੰਘ ਨੇਕੀ ਜੀ ਦਾ ਅੱਗੇ ਜੀ 8ਵਾਂ ਪ੍ਰਸ਼ਨ ਹੈ ਡਾਕਟਰ ਨੇਕੀ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਤਾਂ ਡਾਕਟਰ ਜਸਵੰਤ ਸਿੰਘ ਨੇਕੀ ਨੇ ਇੱਕ ਸਵੈ ਜੀਵਨੀ ਲਿਖੀ ਸੀ ਤੇ ਉਹਨਾਂ ਦੀ ਸਵੈ ਜੀਵਨੀ ਦਾ ਨਾਮ ਹੈ ਕੋਈ ਨਾਉ ਨਾ ਜਾਣੇ ਮੇਰਾ ਇਹ ਹੀ ਉਹਨਾਂ ਦੀ ਸਵੈ ਜੀਵਨੀ ਹੈ ਅੱਗੇ ਜੀ 9ਵਾਂ ਪ੍ਰਸ਼ਨ ਜਸਵੰਤ ਮਿੱਕੀ ਦੀ ਪਹਿਲੀ ਰਚਨਾ ਕਿਸ ਭਾਸ਼ਾ ਵਿੱਚ ਸੀ ਤੇ ਕਿਸ ਪੱਤਰ ਦੇ ਵਿੱਚ ਛਪੀ ਸੀ ਤਿੰਨ ਦੀ ਜੋ ਪਹਿਲੀ ਰਚਨਾ ਉਹ ਬ੍ਰਜ ਭਾਸ਼ਾ ਦੇ ਵਿੱਚ ਸੀ ਖਾਲਸਾ ਸਮਾਚਾਰ ਨਾਮ ਦੇ ਪੱਤਰ ਦੇ ਵਿੱਚ ਇਹ ਰਚਨਾ ਛਪੀ ਸੀ ਅੱਗੇ ਦੇਖਦੇ ਹਾਂ ਜੀ 10ਵਾਂ ਪ੍ਰਸ਼ਨ 10ਵਾਂ ਪ੍ਰਸ਼ਨ ਜੀ ਜਸਵੰਤ ਸਿੰਘ ਨੇਕੀ ਕਿਸ ਕਵੀ ਵਜੋਂ ਜਾਣਿਆ ਜਾਂਦਾ ਹੈ ਇਹ ਹੀ ਜਾਣੇ ਜਾਂਦੇ ਨੇ ਜੀ ਨਵ ਰਹਾਸਵਾਦੀ ਕਵੀ ਅਤੇ ਪ੍ਰਾਪੌਤਿਕ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ 11ਵਾਂ ਪ੍ਰਸ਼ਨ ਇਹ ਮੇਰੇ ਸੰਸੇ ਇਹ ਮੇਰੇ ਗੀਤ ਪੁਸਤਕ ਕਿਸ ਦੀ ਰਚਨਾ ਹੈ ਇਹ ਰਚਨਾ ਹੈ ਜੀ ਬਹੁਤ ਪ੍ਰਸਿੱਧ ਪੁਸਤਕ ਇਹਨਾਂ ਦੀ ਜਸਵੰਤ ਸਿੰਘ ਨੇਕੀ ਜੀ ਦੀ ਰਚਨਾ ਹੈ ਤਾਂ ਨੇਕੀ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨ ਹੈ ਜੋ ਇਸ ਵੀਡੀਓ ਦੇ ਵਿੱਚ ਮਿਲਣੇ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ 12ਵਾਂ ਪ੍ਰਸ਼ਨ ਹੈ ਜੀ ਜਸਵੰਤ ਸਿੰਘ ਨੇਕੀ ਦਾ ਪਹਿਲਾ ਕਾਵ ਸੰਗ੍ਰਹਿ ਹੈ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਹੈ ਜੀ ਅਸਲੇ ਤੇ ਔਲੇ ਜੋ ਕਿ 1955 ਈਸਵੀ ਦੇ ਵਿੱਚ ਜਦੋਂ ਜਦੋਂ ਜਸਵੰਤ ਸਿੰਘ ਨੇਕੀ ਦੇ 29 ਸਾਲ ਦੀ ਸੀ ਉਹਦੋਂ ਪ੍ਰਕਾਸ਼ਿਤ ਹੋਇਆ ਸੀ ਅੱਗੇ ਜੀ 13ਵਾਂ ਪ੍ਰਸ਼ਨ ਹੈ ਜਸਵੰਤ ਸਿੰਘ ਨੇਕੀ ਦੀ ਮੌਤ ਕਦੋਂ ਹੋਈ ਇਹਨਾਂ ਦੀ ਮੌਤ ਹੈ ਜੋ 11 ਸਤੰਬਰ 2015 ਈਸਵੀ ਨੂੰ ਦਿੱਲੀ ਦੇ ਵਿੱਚ ਹੋਈ ਸੀ 11 ਸਤੰਬਰ 2015 ਦੇ ਵਿੱਚ 14ਵਾਂ ਪ੍ਰਸ਼ਨ ਹੈ ਜੀ ਚੰਡੀਗੜ੍ਹ ਅਤੇ ਦਿੱਲੀ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਸ-ਕਿਸ ਅਹੁਦੇ ਦੇ ਉੱਪਰ ਕੰਮ ਕੀਤਾ ਤਾਂ ਵੈਸੇ ਤਾਂ ਬਹੁਤ ਸਾਰੇ ਅਹੁਦਿਆਂ ਦੇ ਉੱਪਰ ਜਸਵੰਤ ਸਿੰਘ ਨੇਕੀ ਰਹਿ ਚੁੱਕੇ ਨੇ ਕਿਉਂਕਿ ਉਹ ਇੱਕ मनोरोग माहिर सीते विद्यार्थी जीवन ਦੇ ਦੌਰਾਨ ਉਹ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਪੰਜਾਬੀ ਦੇ ਬਹੁਤ ਵੱਡੇ ਚਿੰਤਕ ਨੇ ਤੇ ਚੰਡੀਗੜ੍ਹ ਦੇ ਵਿੱਚ ਉਹ ਪੀਜੀਆਈ ਹੈ ਜੋ ਉਹਦੇ ਡਾਇਰੈਕਟਰ ਰਹਿ ਚੁੱਕੇ ਨੇ ਤੇ ਦਿੱਲੀ ਦੇ ਵਿੱਚ ਜੋ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਮਜ਼ ਉਹਦੇ ਹੈੱਡ ਆਫ ਡਿਪਾਰਟਮੈਂਟ ਰਹਿ ਚੁੱਕੇ ਨੇ ਤਾਂ ਇਸ ਤਰ੍ਹਾਂ ਆਪਣੇ ਜੀਵਨ ਕਾਲ ਦੇ ਦੌਰਾਨ ਡਾਕਟਰ ਜਸਵੰਤ ਸਿੰਘ ਨਿੱਕੀ ਸਾਹਿਤ ਰਚਨਾ ਵੀ ਕਰਦੇ ਸੀ ਤੇ ਨਾਲ ਦੀ ਨਾਲ ਆਪਣੇ ਅਹੁਦੇ ਦੀ ਸੀ ਜੋ ਡਾਕਟਰੀ ਦਾ ਪੇਸ਼ਾ ਸੀ ਉਹ ਵੀ ਕਰਦੇ ਸੀ ਤਾਂ ਬਹੁਤ ਮਹਾਨ ਕਵੀ ਹੋਏ ਨੇ ਡਾਕਟਰ ਜਸਵੰਤ ਸਿੰਘ ਨਿੱਕੀ ਜੀ 15ਵਾਂ ਪ੍ਰਸ਼ਨ ਹੈ ਜੀ ਅਗੇ ਡਾਕਟਰ ਨਿੱਕੀ ਨੂੰ ਭਾਈ ਵੀਰ ਸਿੰਘ ਐਵਾਰਡ ਕਦੋਂ ਮਿਲਿਆ ਇਹਨਾਂ ਨੂੰ ਇਹ ਐਵਾਰਡ 1900 78 ਈਸਵੀ ਦੇ ਵਿੱਚ ਮਿਲਿਆ ਸੀ ਇਸੇ ਇਨਾਮ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਇਨਾਮ ਸਨਮਾਨੇ ਜੋ ਮਿਲ ਚੁੱਕੇ ਨੇ ਜਿਦੇ ਵਿੱਚ ਪੰਜਾਬੀ ਅਕਾਦਮੀ ਦਿੱਲੀ ਦੇ ਵੱਲੋਂ ਸਨਮਾਨ ਮਿਲਿਆ ਸੀ ਸ਼੍ਰੋਮਣੀ ਸਾਹਿਤਕਾਰ ਅਵਾਰਡ ਸਨਮਾਨ ਮਿਲਿਆ ਸੀ ਇਹ ਭਾਸ਼ਾ ਵਿਭਾਗ ਪੁਰਸਕਾਰ ਮਿਲਿਆ ਸੀ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਮਿਖਿਆ ਬੋਰਡ ਵੱਲੋਂ ਅਵਾਰਡ ਮਿਲਿਆ ਸੀ ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਨਾਮ ਨੇ ਜੋ ਉਹਨਾਂ ਨੂੰ ਪ੍ਰਾਪਤ ਹੋ ਚੁੱਕੇ ਨੇ 16ਵਾਂ ਪ੍ਰਸ਼ਨ ਜੀ ਵਰੇ ਵਰੇ ਦੀ ਗੰਢ ਪਛਤਾਵਾ ਪਿਆਰ ਤੰਦ ਇੱਕ ਸੂਚੀ ਆਧ ਰਚਨਾਵਾਂ ਕਿਸ ਦੀ ਰਚਨਾ ਨੇ ਇਹ ਨੇ ਜੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਰਚਨਾ ਨੇ 17ਵਾਂ ਪ੍ਰਸ਼ਨ ਹੈ ਜਿਵੇਂ ਡਾਕਟਰ ਨੇਕੀ ਦਾ ਤਖੱਲਸ ਤਖੱਲਸ ਪਹਿਲਾਂ ਕੀ ਸੀ ਤੇ ਬਾਅਦ ਵਿੱਚ ਉਹਨਾਂ ਨੇ ਕੀ ਰੱਖਿਆ ਤਾਂ ਉਹਨਾਂ ਦਾ ਜੋ ਤਖੱਲਸ ਸੀ ਜਦੋਂ ਉਹ ਬੰਦੇ ਵਿੱਚ ਸੀ ਉਹਨਾਂ ਨੇ ਆਪਣਾ ਤਖੱਲਸ ਰੱਖਿਆ ਸੀ ਮਲਤਾਸ਼ੀ ਪਰੰਤੂ ਬਾਅਦ ਵਿੱਚ ਉਹਨਾਂ ਨੇ ਬਦਲ ਕੇ ਨੇਕੀ ਰੱਖ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਨੇਕੀ ਦੇ ਤਖੱਲਸ ਹੇਠ ਹੀ ਆਪਣੀ ਰਚਨਾ ਜੋ ਲਿਖੀ ਸੀ ਅੱਗੇ ਜੀ 18ਵਾਂ ਪ੍ਰਸ਼ਨ ਹੈ ਡਾਕਟਰ ਨਿੱਕੀ ਦਾ ਜਨਮ ਕਿੱਥੇ ਹੋਇਆ ਡਾਕਟਰ ਜਸਵੰਤ ਸਿੰਘ ਨਿੱਕੀ ਦਾ ਜਨਮ ਹੋਇਆ ਸੀ ਜੀ ਪਿੰਡ ਮੁਰੀਦੇ ਦੇ ਵਿੱਚ ਜ਼ਿਲ੍ਹਾ ਜੇਲਮ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਗੱਲ ਕਰਦਾ ਜੀ 19ਵਾਂ ਪ੍ਰਸ਼ਨ ਹੈ ਜੀ ਡਾਕਟਰ ਜਸਵੰਤ ਸਿੰਘ ਨੇਕੀ ਨੂੰ ਮਿਲੇ ਕੋਈ ਦੋ ਐਵਾਰਡ ਦੱਸੋ ਇਹਦੇ ਵਿੱਚ ਹੈ ਜੀ ਭਾਸ਼ਾ ਵਿਭਾਗ ਪੁਰਸਕਾਰ 1981 ਈ ਕਰਤਾਰ ਸਿੰਘ ਧਾਲੀਵਾਲ ਐਵਾਰਡ 1987 ਈ ਤੇ ਸ਼ਰਮਣੀ ਸ਼ਰਮਣੀ ਸਾਹਿਤਕਾਰ ਐਵਾਰਡ 1988 ਈ ਦੇ ਵਿੱਚ ਪ੍ਰਾਪਤ ਹੋਇਆ ਹੈ ਬੀਮਾ ਪ੍ਰਸ਼ਨਾਜੀ ਜਸਵੰਤ ਸਿੰਘ ਨੇਕੀ ਦੀਆਂ ਲੰਬੀਆਂ ਕਾਵਾਂ ਕਿਹੜੀਆਂ ਕਿਹੜੀਆਂ ਨੇ ਤਾਂ ਉਹਨਾਂ ਦੀਆਂ ਲੰਬੀਆਂ ਕਵਤਾਵਾਂ ਦੇ ਵਿੱਚ ਆਪਾਂ ਰੱਖ ਸਕਦੇ ਹਾਂ ਜੀ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਜੋ ਕਿ 1975 ਦੇ ਵਿੱਚ ਸੀ ਘਰ ਉਹਨਾਂ ਦੀ 6 ਤੋਂ ਮਗਰੋਂ 1938 ਵੀ ਦੇ ਵਿੱਚ ਸਤ ਸੁਹਾਨ 1985 ਤਗ ਦੀ ਇੰਦਰੀ 1985 ਤੇ ਸੱਚ ਦਾ ਅਪਹਰਨ 1985 ਇਹ ਸੀ ਪੰਜ ਰਚਨਾਵਾਂ ਨੇ ਜੋ ਡਾਕਟਰ ਜਸਵੰਤ ਸਿੰਘ ਨੇਕੀ ਦੀਆਂ ਨੇ ਲੰਬੀਆਂ ਕਵਤਾਵਾਂ ਦੇ ਵਿੱਚ ਇਹਨਾਂ ਨੂੰ ਰੱਖ ਸਕਦੇ ਹਾਂ 21ਵਾਂ ਪ੍ਰਸ਼ਨ ਜੀ ਡਾਕਟਰ ਨੀਕੀ ਦੇ ਕੋਈ ਤਿੰਨ ਕਾਵ ਸੰਗ੍ਰਹਿਾਂ ਦੇ ਨਾਮ ਦੱਸੋ ਇਹਨਾਂ ਦੇ ਕਾਵ ਸੰਗ੍ਰਹਿ ਨੇ ਜੀ ਅਸਲੇ ਤੇ ਓਲੇ ਜੋ ਕਿ 1955 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ ਮੇਰੇ ਸੰਸੇ ਇਹ ਮੇਰੇ ਗੀਤ ਇਹ ਮੇਰੇ ਸੰਸੇ ਇਹ ਮੇਰੇ ਗੀਤ 1965 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਸਿਮਰਤੀ ਦੀ ਕਿਰਨ ਤੋਂ ਪਹਿਲਾਂ 1975 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਅੱਗੇ ਆ ਜੀ 22ਵਾਂ ਪ੍ਰਸ਼ਨ ਬਿਰਖਾ ਇਹ ਇਖਥ ਸਭ ਜੰਤ ਕਿਸ ਦੀ ਪੁਸਤਕ ਹੈ ਤਹੇ ਪੁਸਤਕ ਹੈ ਰਚਨਾ ਡਾਕਟਰ ਜਸਵੰਤ ਸਿੰਘ ਨੇਕੀ ਦੀ 23ਵਾਂ ਪ੍ਰਸ਼ਨ ਜੀ ਗੀਤ ਮੇਰਾ ਸੋਹਿਲਾ ਤੇਰਾ 1991 ਦੇ ਵਿੱਚ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਜਸਵੰਤ ਸਿੰਘ ਨੇਕੀ ਜੀ ਦਾ ਅੱਗੇ ਜੀ 24ਵਾਂ ਪ੍ਰਸ਼ਨ ਡਾਕਟਰ ਨੇਕੀ ਸਨ ਡਾਕਟਰ ਨੇਕੀ ਦੀ ਪ੍ਰਸਿੱਧੀ ਇੱਕ ਵਾਰਤਕਕਾਰ ਦੇ ਤੌਰ ਤੇ ਵੀ ਹੋਈ ਹੈ ਇੱਕ ਕਵੀ ਦੇ ਤੌਰ ਤੇ ਵੀ ਹੋਈ ਹੈ ਤੇ ਇੱਕ ਡਾਕਟਰ ਦੇ ਤੌਰ ਤੇ ਵੀ ਇਹਨਾਂ ਦੀ ਜੋ ਪ੍ਰਸਿੱਧੀ ਹੋਈ ਹੈ ਇਸ ਤਰ੍ਹਾਂ ਕਈ ਖੇਤਰਾਂ ਦੇ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਨੇ ਨਾਮਣਾ ਖੱਟਿਆ 25ਵਾਂ ਪ੍ਰਸ਼ਨ ਜੀ ਪੰਜਾਬੀ ਹਾਸ ਵਿਲਾਸ ਅਤੇ ਸਦਾ ਵਿਗਾਸ ਪੁਸਤਕਾਂ ਕਿਸ ਦੀਆਂ ਹਨ ਹਾਂਜੀ ਇਹਦਾ ਉੱਤਰ ਹੈ ਜੀ ਡਾਕਟਰ ਜਸਵੰਤ ਸਿੰਘ ਨੇਕੀ ਦੀਆਂ ਇਹ ਪੁਸਤਕਾਂ ਨੇ ਇਸ ਤੋਂ ਇਲਾਵਾ ਪੀ ਐਚ ਡੀ ਹੈ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1990 ਈਸਵੀ ਦੇ ਵਿੱਚ ਹੋਈ ਸੀ ਇਸੀ ਜਾਣਕਾਰੀ ਡਾਕਟਰ ਜਸਵੰਤ ਸਿੰਘ ਨੇ ਕੀ ਜੀ ਦੇ ਬਾਰੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਜਿਹੜੀ ਜ਼ਰੂਰ ਵਧੀਆ ਲੱਗੇਗੀ ਤੇ ਤੁਹਾਡੀ ਤਿਆਰੀਆਂ ਜੋ ਵਧੀਆ ਟੰਗ ਦੇ ਨਾਲ ਚੱਲ ਰਹੀ ਹੋਵੇਗੀ